ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਕਰਨ ਵਿਰੋਧੀ ਚਲਾਈ ਸਪੈਸ਼ਲ ਮੁਹਿੰਮ ਦੇ ਸਿੱਟੇ ਵਜੋਂ DSP ਗੁਰਸੇਰ ਸਿੰਘ ਸੰਧੂ ਦੀ ਅਗਵਾਈ ਹੇਠ ਥਾਣਾ ਅਮਲੋਹ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 215 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 1 ਕਰੋੜ ਤੋਂ ਉੱਪਰ ਬਣਦੀ ਹੈ। ਆਜ਼ਾਦ ਟੀਵੀ ਨਿਊਜ਼ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਪਾਰਟੀ ਕਰ ਰਹੇ ਸੀਗੇ ਦੌਰਾਨ ਨਾਕਾਬੰਦੀ ਇੱਕ ਮੋਟਰਸਾਈਕਲ ਰੋਕਿਆ ਗਿਆ PB07AZ1499, ਜਿਹਦੇ 2 ਸਵਾਰ ਸੀਗੇ, ਰਮਨ ਕੁਮਾਰ ਪੁੱਤਰ ਬਲਦੇਵ ਕੁਮਾਰ ਅਤੇ ਲਾਲਬਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ, ਜਿਨ੍ਹਾਂ ਦੇ ਪਾਸੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਦੇ ਖਿਲਾਫ਼ ਇੱਕ FIR ਦਰਜ ਕੀਤੀ ਗਈ ਹੈ, FIR ਨੰਬਰ 45 ਅੰਡਰ ਸੈਕਸ਼ਨ 21 NDPS ਐਕਟ। ਦੌਰਾਨੀ ਤਫਤੀਸ਼ ਲਾਲਬਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਜਿਹੜੀ ਹੈਰੋਇਨ ਹੈ ਇਹ ਦਿੱਲੀ ਨਿਵਾਸੀ ਇੱਕ ਨਾਈਜੀਰੀਅਨ ਕੋ ਲੈ ਕੇ ਆਉਂਦਾ ਹੈ। ਉਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ, ਜਿਸ ਦੀ ਅਗਵਾਈ ਇੰਸਪੈਕਟਰ ਮਹਿੰਦਰ ਸਿੰਘ ਨੇ ਕੀਤੀ, ਔਰ ਇਹ ਟੀਮ ਨੇ ਦਿੱਲੀ ਜਾ ਕੇ ਨਾਈਜੀਰੀਅਨ DK ਚਮੇਜ਼ੀ ਵਾਸੀ ਨਾਈਜੀਰੀਆ ਹਾਲ ਨਿਵਾਸੀ ਦਵਾਰਕਾ ਨੂੰ ਕਾਬੂ ਕੀਤਾ, ਜਿਸ ਦੇ ਪਾਸੋਂ 180 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਟੋਟਲ ਰਿਕਵਰੀ 215 ਗ੍ਰਾਮ ਹੈਰੋਇਨ ਦੀ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 1 ਕਰੋੜ ਰੁਪਏ ਤੋਂ ਉੱਪਰ ਹੈ। ਬਾਕੀ ਇਸ ਦੇ ਵਿੱਚ ਤਫਤੀਸ਼ ਜਾਰੀ ਹੈ ਕਿ DK ਚਮੇਜ਼ੀ ਕਿੱਥੋਂ ਹੈਰੋਇਨ ਲੈ ਕੇ ਆਉਂਦਾ ਹੈ, ਉਹਦਾ ਕੀ ਸੋਰਸ ਹੈ, ਉਹਦੇ ਬਾਰੇ ਅਸੀਂ ਪੁਲਿਸ ਰਿਮਾਂਡ ਲਿੱਤਾ, ਔਰ ਜਿਹੜੀ ਹੈ ਇਨਵੈਸਟੀਗੇਸ਼ਨ ਉਹ ਹਜੇ ਚਾਲੂ ਹੈ।